ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਰਵਾਰਾ ਹੁਣ ਲਾਈਵ ਆ ਚੁੱਕਾ ਅਤੇ ਮੇਰੇ ਲਾਈਵ ਆਉਣ ਦਾ ਕਾਰਨ ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹੇ ਬੰਦੇ ਨਾਲ ਇੰਟਰੋਡਿਊਸ ਕਰਾਉਣ ਲੱਗਾ ਜਿਹਨੂੰ ਕੋਈ ਇੰਟਰੋਡਕਸ਼ਨ ਦੀ ਲੋੜ ਹੀ ਨਹੀਂ। ਅਤੇ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣ ਲੱਗਾ ਦਾ ਗ੍ਰੇਟ ਪਰਸਨੈਲਿਟੀ ਜਗਦੀਪ ਸਿੰਘ ਲਾਂਬਾ ਨਾ। ਲਾਂਬਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਜੀ, ਠੀਕ ਹੋ? ਅੱਜ ਆਪਾਂ ਲਾਂਬਾ ਸਾਹਿਬ ਨੂੰ ਇਸ ਕਰਕੇ ਇੰਟਰੋਡਿਊਸ ਕਰਾ ਰਹੇ ਹਾਂ ਕਿ ਲਾਂਬਾ ਸਾਹਿਬ ਹੁਣ ਥੋੜ੍ਹੀ ਦੇਰ ਤੁਹਾਨੂੰ ਬੋਰ ਮੇਰਾ ਮਤਲਬ ਤੁਹਾਡੇ ਵੱਲ ਗੌਰ ਕਰਨਗੇ ਤੇ ਤੁਹਾਨੂੰ ਸੁਣਾਉਣਗੇ ਘੈਂਟ ਘੈਂਟ ਗਾਣੇ ਰੋਜ਼ੀ ਰੋਜ਼। ਦੋਸਤੋ ਸਾਨੂੰ ਦੱਸ ਦਈਏ ਕਿ ਅੱਜ ਗਰਮੀ ਦਾ ਮਾਹੌਲ ਹੈ ਜੀ, ਅਤੇ ਇਸੀ ਦੇ ਉੱਤੇ ਦੋ ਲਾਈਨਾਂ ਤੁਹਾਡੇ ਰੂਬਰੂ ਕਰਨ ਲੱਗਾ ਜੀ, ਜੇ ਚੰਗੀਆਂ ਲੱਗਣ ਤਾਂ ਪਿਆਰ ਬਖਸ਼ੋ। ਕੀ ਬਾਤ ਹੈ, ਕੀ ਬਾਤ ਹੈ, ਸਾਰੇ ਗੌਰ ਦਿਓ, ਗੌਰ ਕਰੋ ਜੀ। ਮੈਨੂੰ ਇੱਕ ਮਿੰਟ ਦੇ ਲਈ, ਮੈਨੂੰ ਇੱਕ ਦਿਨ ਦੇ ਲਈ ਹਾਏ, ਹੁਣੇ ਮੈਂ ਪੀਤਾ ਸੀ ਜੱਗ ਪਾਣੀ ਦਾ। ਕੀ ਬਾਤ ਹੈ, ਕੀ ਬਾਤ ਹੈ, ਗਰਮੀ ਹੋ ਗਈ ਕੀ ਕਰੀਏ ਮਰ ਜਾਣੀ ਦਾ। ਹੋਰ ਅਸੀਂ ਆਫਿਸ ਰਹਿੰਦੇ ਹਾਂ ਜੀ ਸਾਰਾ ਦਿਨ, ਟਾਈਮ ਪਾਸ ਨਹੀਂ ਹੁੰਦਾ ਸਾਡਾ, ਅਤੇ ਅਸੀਂ ਜਦ ਵੀ ਫਰੀ ਹੁੰਦੇ ਹਾਂ ਤਾਂ ਅਸੀਂ ਵੀਡੀਓਜ਼ ਇਹਦੀ ਦੇਖਦੇ ਰਹਿੰਦੇ, ਲਾਈਵ ਜਿਹੜੀ ਇਹ ਬਣਾਉਂਦਾ, ਜਿੰਨੀ ਵੀ ਵੀਡੀਓਜ਼ ਬਣਾਉਂਦਾ ਅਸੀਂ ਖੁਸ਼ ਹੋ ਕੇ ਦੇਖਦੇ ਹਾਂ, ਸਾਡਾ ਐਂਟਰਟੇਨਮੈਂਟ ਕਰਦਾ, ਈਵਨ ਕਿ ਲੋਕਾਂ ਦਾ ਵੀ ਕਰਦਾ, ਅਤੇ ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਦਾ, ਨਾ ਕੁਛ ਬੁਰਾ ਕਹਿੰਦਾ, ਅਤੇ ਅਸੀਂ ਫੁੱਲ ਸਪੋਰਟ ਕਰਦੇ ਹਾਂ ਜੀ ਆਪਣੇ ਫੈਨ ਦੀ। ਭਾਅ ਜੀ ਅਸੀਂ ਤੁਹਾਡੇ ਨਾਲ ਹਾਂ, ਵੀ ਲਵ ਯੂ ਜੇ ਐਸ ਲਾਈਵ, ਤੁਹਾਡੀ ਵੀਡੀਓਜ਼ ਬਹੁਤ ਐਂਟਰਟੇਨਿੰਗ ਨੇ। ਮੈਂ ਤਾਂ 10 ਮਿੰਟ ਪਹਿਲਾਂ ਪੀਤਾ ਸੀ ਜੱਗ ਪਾਣੀ ਦਾ, ਉਹ ਬੜੀ ਗਰਮੀ ਹੋ ਗਈ ਕੀ ਕਰੀਏ ਮਰ ਜਾਣੀ ਦਾ। ਜੇ ਐਸ ਲਾਈਵ ਕੇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਯਾਰ ਕੀ ਜੇ ਐਸ ਲਾਈਵ ਲਾਈਏ, ਤੁਸੀਂ ਬੜਾ ਹੀ ਬੇਸ਼ਰਮ ਕਿਸਮ ਦਾ ਬੰਦਾ, ਅਸੀਂ ਫੜਿਆ ਸੀ 3rd ਡਿਗਰੀ ਟ੍ਰੀਟਮੈਂਟ ਦੇਣ ਤੋਂ ਬਾਅਦ ਵੀ ਬੰਦਾ ਨਹੀਂ ਸੁਣ ਰਿਹਾ, ਉਸ ਤੋਂ ਬੰਦਾ ਪਬਲਿਕ ਸਪੋਰਟ ਲਈ ਫਿਰਦਾ। ਹੁਣ ਮੰਗੀ ਹੈ ਤਾਂ ਗਾਲਾਂ ਦਿੰਦੀ ਤੀਵੀਆਂ, ਮੈਨੂੰ ਦਿਨ ਦੇ ਲਈ ਨਿੰਬੂ ਨਾਲੇ ਗੱਡਵੀ ਦੇ ਦਿਓ ਜੀ, ਸ਼ਿਕੰਜਵੀ ਗਾਣਾ। ਤੇ ਮੈਂ ਰਿਕੁਐਸਟ ਕਰਦਾ ਪਲੀਜ਼ ਇਹਨੂੰ FB ਤੇ ਅਪਲੋਡ ਨਾ ਕਰਿਓ, ਸਾਡਾ ਟਰੈਕ ਹੈ ਵੀਰੇ, ਲੀਕ ਹੋ ਜਾਣਾ। ਤੇ ਲਾਂਬਾ ਸਾਹਿਬ ਨੂੰ ਮੈਂ ਰਿਕੁਐਸਟ ਕਰਦਾ ਕਿ ਅੱਗੇ ਤੋਂ ਆਪਣੇ ਪਰਸਨਲ ਗਾਣੇ ਇੱਦਾਂ ਫੇਸਬੁੱਕ ਤੇ ਨਾ ਸ਼ੇਅਰ ਕੀਤੇ ਜਾ। ਸੋ ਆਪਾਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਲਾਂਬਾ ਸਾਹਿਬ ਨੂੰ ਬਰਦਾਸ਼ਤ ਕਰਨ ਲਈ। ਸੋ ਮਿਲਦੇ ਹਾਂ ਅਗਲੇ ਗਾਣੇ ਵਿੱਚ।